ਆੜ੍ਹਤੀ ਐਸੋਸੀਏਸ਼ਨ ਸਰਹਿੰਦ ਦੇ ਵੱਲੋਂ ਅਨਾਜ ਮੰਡੀ ਸਰਹਿੰਦ ਵਿਖੇ ਸ਼੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਦੇ ਉੱਤੇ ਰਾਗੀ ਜਥੇ ਭਾਈ ਗੁਰਮੀਤ ਸਿੰਘ ਮੌਜੀ ਨੇ ਕਥਾ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦੇ ਉੱਤੇ ਮੀਤ ਪ੍ਰਧਾਨ ਪੰਜਾਬ ਸਾਧੂ ਰਾਮ ਭੱਟ ਮਾਜਰਾ ਅਤੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਾਜ ਮੰਡੀ ਸਰਹਿੰਦ ਦੇ ਵਿੱਚ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਸ਼ੁਕਰਾਨੇ ਦੇ ਵਜੋਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਉਹਨੇ ਕਿਹਾ ਕਿ ਆੜ੍ਹਤੀਆ ਘੱਟ ਰੇਟਾਂ ਦੇ ਉੱਤੇ ਕਿਸ ਤਰ੍ਹਾਂ ਲਿਫਟਿੰਗ ਕਰਵਾਉਣਗੇ, ਕਿਉਂਕਿ ਜੇਕਰ ਆੜ੍ਹਤੀਆਂ ਨੂੰ ਘਾਟਾ ਪੈਂਦਾ, ਘਾਟੇ ਦੇ ਵਿੱਚ ਉਹ ਕਿਸ ਤਰ੍ਹਾਂ ਕਿਸਾਨਾਂ ਦੀ ਫਸਲ ਦੀ ਢੋਆ ਢੁਆਈ ਕਰਵਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਸਮੱਸਿਆ ਦਾ ਠੋਸ ਹੱਲ ਕੱਢਣਾ ਚਾਹੀਦਾ। ਆਸ਼ੀਰਵਾਦ ਦੇ ਰੱਖੋ ਅੱਜ ਹਰੇਕ ਸਾਲ ਦੀ ਤਰ੍ਹਾਂ ਸਾਡੇ ਸਰਹੰਦ ਮੰਡੀ ਦੇ ਵਿੱਚ ਜੋ ਅਸੀਂ ਅਖੰਡ ਪਾਠ ਸਾਹਿਬ ਪਰਸੋਂ ਰਖਾਇਆ ਸੀ, ਉਪਰੰਤ ਹੁਣ ਭੋਗ ਪਾਏ ਗਏ ਆ, ਕੀਰਤਨ ਕਰਾਇਆ। ਹਰ ਸਾਲ ਦੀ ਤਰ੍ਹਾਂ ਅਸੀਂ ਜੋ ਨਵਾਂ ਸੀਜ਼ਨ ਸ਼ੁਰੂ ਹੁੰਦਾ, ਕਈ ਸਾਲਾਂ ਤੋਂ ਅਸੀਂ ਮੰਡੀ ਦੇ ਵਿੱਚ ਸਾਰੇ ਆੜ੍ਹਤੀ ਰਲ ਕੇ ਅਖੰਡ ਪਾਠ ਸਾਹਿਬ ਕਰਾਉਂਦੇ ਨੇ ਤਾਂ ਕਿ ਸਾਡਾ ਜੋ ਸੀਜ਼ਨ ਵਧੀਆ ਲੱਗੇ ਅਤੇ ਵਧੀਆ ਸਾਡਾ ਕਾਰੋਬਾਰ 'ਚ ਵਾਧਾ ਹੋਵੇ। ਹੁਣ ਉਹਦੇ ਵਿੱਚ ਸਾਡੇ ਮੰਡੀ ਦੇ ਪ੍ਰਧਾਨ ਕੁਲਵੰਤ ਸਿੰਘ ਜੀ, ਵਾਈਸ ਪ੍ਰਧਾਨ ਭੁਪਿੰਦਰ ਸਿੰਘ ਵਧੌਚੀ ਜੀ ਦਾ ਬਹੁਤ ਹੀ ਸਹਿਯੋਗ ਹੈ। ਭੁਪਿੰਦਰ ਸਿੰਘ ਜੀ ਦਾ ਜੋ ਦਿਨ ਰਾਤ ਆਪ ਰਲ ਕੇ ਸੇਵਾ ਕਰਦੇ ਨੇ, ਜਿਸ ਤਰ੍ਹਾਂ ਸਰਕਾਰ ਵੱਲੋਂ ਸਾਡੀਆਂ ਗਲਤ ਨੀਤੀਆਂ ਜੋ ਬਣਾਈਆਂ ਆੜ੍ਹਤੀਆਂ ਦੇ ਖਿਲਾਫ, ਜਿਸ ਤਰ੍ਹਾਂ ਸਾਡੇ ਸੀਜ਼ਨ ਸ਼ੁਰੂ ਹੋ ਰਿਹਾ, ਟਰੱਕ ਡੂੰਘੇ ਠੇਕੇ ਨਹੀਂ ਪਏ ਹੈਗੇ, ਸਰਕਾਰ ਸਾਡੇ 'ਤੇ ਜ਼ੋਰ ਪਾ ਰਹੀ ਵੀ ਆੜ੍ਹਤੀ ਮਾਲ ਢੁਆਓ। ਅਸੀਂ ਪਹਿਲਾਂ ਵੀ ਸਰਕਾਰ ਨੂੰ ਜਵਾਬ ਦਿੱਤਾ ਸੀ ਵੀ ਜੋ ਇਹ ਟਰੱਕ ਡੂੰਘੇ ਢੋਣਗੀ ਆ ਵੀ ਆੜ੍ਹਤੀ ਨਹੀਂ ਧੋ ਸਕਦੇ ਹੈਗੇ, ਕਿਉਂ ਜ਼ਿਮੀਂਦਾਰ ਜੋ ਮੰਡੀ ਦੇ ਵਿੱਚ ਕਣਕ ਲੈ ਕੇ ਆਉਂਦਾ, ਨਾਲ ਦੀ ਨਾਲ ਖਾਲੀ ਕਰਾ ਕੇ ਦੁਬਾਰਾ ਆਪਣੀ ਕਣਕ ਲੈ ਕੇ ਆਉਣੀ ਪੈਂਦੀ ਹੈ। ਜ਼ਿਮੀਂਦਾਰ ਕੋਲ ਵਿਹਲ ਨਹੀਂ ਹੈ, ਜਿਸ ਤਰ੍ਹਾਂ ਸਰਕਾਰ ਨੇ ਸਿੱਧੀਆਂ ਜ਼ਿਮੀਂਦਾਰਾਂ ਨੂੰ ਕੋਈ ਪੇਮੈਂਟ ਕਰੋ, ਉਹ ਵੀ ਆੜ੍ਹਤੀ ਵਰਗ ਦੀ ਵਿਰੋਧ ਕਰਦੇ ਆ। ਸਾਡੀ ਚੰਡੀਗੜ੍ਹ ਮੀਟਿੰਗ 'ਚ ਹੋਈ ਸੀ, ਅਸੀਂ ਇਹ ਲਾਗੂ ਨਹੀਂ ਹੋਣ ਦੇਵਾਂਗੇ। ਸਾਡੇ ਆੜ੍ਹਤੀਆਂ ਸਾਰੇ ਪੰਜਾਬ ਦੇ ਸਹਿਯੋਗ ਦੇ ਨਾਲ ਅਸੀਂ ਜੋ ਆੜ੍ਹਤੀਆਂ ਦੇ ਕੋਈ ਖਿਲਾਫ ਕਾਨੂੰਨ ਬਣੂਗਾ ਉਸ ਲਾਗੂ ਨਹੀਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਮੂਹ ਸੰਤ ਨੂੰ ਪਤਾ ਹੀ ਹੈ, ਸਰਹੰਦ ਅਨਾਜ ਮੰਡੀ ਵਿੱਚ ਅਸੀਂ ਆੜ੍ਹਤੀਆਂ ਦੇ ਸਹਿਯੋਗ ਨਾਲ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਉਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਂਦੇ ਹਨ ਅਤੇ ਤੀਸਰੇ ਦਿਨ ਉਹਨਾਂ ਦੇ ਭੋਗ ਪਾਏ ਜਾਂਦੇ ਹਨ, ਤਾਂ ਕਿ ਸਾਡੀ ਜੋ ਅਨਾਜ ਮੰਡੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵਿਘਨ ਅਤੇ ਸਰਬੱਤ ਦੇ ਭਲੇ ਵਾਸਤੇ ਵੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹਰ ਇੱਕ ਨੂੰ, ਜ਼ਿਮੀਂਦਾਰ ਨੂੰ, ਹਰ ਇੱਕ ਭਾਈ ਨੂੰ ਇਹ ਵਿਸਾਖੀ ਦੇ ਮੌਕੇ 'ਤੇ ਹਰ ਇੱਕ ਨੂੰ ਖੁਸ਼ੀਆਂ ਭਰਿਆ ਆਉਂਦਾ ਰਹੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਰਿਪੋਰਟ।